ਸਰ, ਤੁਹਾਨੂੰ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦਾ ਟ੍ਰੇਲਰ ਕਿੱਦਾਂ ਦਾ ਲੱਗਾ? ਬਹੁਤ ਵਧੀਆ ਜੀ। ਜਿਸ ਤਰ੍ਹਾਂ ਇਹਨਾਂ ਦੀਆਂ ਪਹਿਲੀਆਂ ਦੋ ਫਿਲਮਾਂ ਸੀਗੀਆਂ ਉਸੇ ਤਰ੍ਹਾਂ ਹੀ ਇਹ ਵੀ ਕਾਫੀ ਵਧੀਆ ਲੱਗ ਰਹੀ ਹੈ, ਔਰ ਗਿੱਪੀ ਭਾਜੀ ਦਾ ਵੀ ਰੋਲ ਥੋੜ੍ਹਾ ਵਧੀਆ, ਕਿਉਂਕਿ ਪਿਛਲੀਆਂ ਫਿਲਮਾਂ 'ਚ ਇਹਨਾਂ ਦਾ ਜਿਹੜਾ ਰੋਲ ਸੀ ਛੋਟਾ ਸੀਗਾ, ਤਾਂ ਇਸ ਵਾਰੀ ਲੱਗਦਾ ਕਿ ਹੀਰੋ ਇਹ ਆਪ ਹੀ ਨੇ, ਅਤੇ ਇਸ ਕਰਕੇ ਗੁਰਪ੍ਰੀਤ ਸਰ ਦਾ ਵੀ ਰੋਲ ਬਹੁਤ ਵਧੀਆ ਰਿਹਾ। ਜੋਗੀ ਜੀ ਲਈ ਕੀ ਕਹੋਗੇ, ਕਿਉਂਕਿ ਸਾਰਾ ਕਹਾਣੀ ਉਹੀ ਸੁਣਾ ਰਹੇ ਨੇ, ਹੈ ਨਾ? ਹਾਂਜੀ ਹਾਂਜੀ, ਜੋ ਕਿ ਉਹਨਾਂ ਦੀ ਪਿਛਲੀਆਂ ਫਿਲਮਾਂ ਦੋਨੋਂ ਦੇਖੀਆਂ, ਦੋਨਾਂ ਦੇ ਵਿੱਚ ਉਹਨਾਂ ਦਾ ਰੋਲ ਬਹੁਤ ਵਧੀਆ ਸੀਗਾ, ਔਰ ਇਸ ਵਾਰੀ ਵੀ ਲੱਗ ਰਿਹਾ ਕਿ ਆਪਣਾ ਉਹ ਬੈਸਟ ਕਰਨਗੇ ਜੋ ਵੀ। ਇਸ ਵਾਰ ਪੰਮੇ ਦਾ ਬੜਾ ਅਲੱਗ ਰੋਲ ਹੈ ਅਰਦਾਸ ਦੇ ਵਿੱਚ, ਇਸ ਵਾਰ ਤਾਂ ਬੜਾ ਸਾਊ ਜਿਹਾ ਕੈਰੈਕਟਰ ਲੈ ਕੇ ਆ ਰਹੇ ਨੇ ਪ੍ਰਿੰਸ ਕਵਲ ਜੀ, ਤਾਂ ਉਹਨਾਂ ਲਈ ਕੀ ਕਹਿਣਾ ਹੈ? ਹਾਂਜੀ ਜੀ, ਉਹਨਾਂ ਨੂੰ ਕਾਫੀ ਮੌਕਾ ਮਿਲ ਰਿਹਾ, ਜਿਸ ਤਰ੍ਹਾਂ ਕਿ ਵਾਰਨਿੰਗ 1-2 'ਚ ਵੀ ਉਹਨਾਂ ਨੂੰ ਗਿੱਪੀ ਭਾਜੀ ਉਹਨਾਂ ਨੇ ਮੌਕਾ ਦਿੱਤਾ, ਉਸੇ ਤਰ੍ਹਾਂ ਹੀ ਲੱਗ ਰਿਹਾ ਕਿ ਇਸ ਵਾਰੀ ਵੀ ਇਸ ਵਿੱਚ ਵੀ ਵਧੀਆ ਰੋਲ ਕਰਨਗੇ। ਕਿੰਨੇ ਸਟਾਰ ਟ੍ਰੇਲਰ ਨੂੰ ਦਿਓਗੇ ਤੁਸੀਂ 5? 10/10 ਜੀ। 13 ਸਪਤੰਬਰ ਨੂੰ ਇਹ ਫਿਲਮ ਆ ਜਾਣੀ ਹੈ, ਵੇਖਣ ਜਾਓ? ਬਿਲਕੁਲ ਜੀ ਬਿਲਕੁਲ। ਪਿਛਲੀਆਂ ਦੋ ਫਿਲਮਾਂ ਤੋਂ ਕੀ ਸਿੱਖਿਆ ਮਿਲੀ ਸੀ, ਔਰ ਕਿੱਦਾਂ ਲੱਗਿਆ ਕਿ ਉਹ ਫਿਲਮ ਜ਼ਿੰਦਗੀ ਦੇ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ? ਕਾਫੀ ਖੁਸ਼ੀ ਸੀ, ਜਿਸ ਤਰ੍ਹਾਂ ਕਿ ਉਹ ਤੁਹਾਨੂੰ ਤੁਸੀਂ ਅਰਦਾਸ ਪਹਿਲੀ ਦੇਖੀ ਹੋਣੀ ਹੈ, ਉਹਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਗੁਰਬਾਣੀ ਨਾਲ ਜੁੜ ਸਕਦੇ ਹੋ, ਵਧੀਆ ਵਧੀਆ ਤਰੀਕਿਆਂ ਨਾਲ ਉਹਨਾਂ ਨੇ ਦੱਸਿਆ ਕਿ ਫੈਮਿਲੀਜ਼ ਤੋਂ ਜਿਸ ਤਰ੍ਹਾਂ ਦੂਰ ਰਹਿੰਦੇ ਨੇ, ਜਾਂ ਕਿਸ ਤਰ੍ਹਾਂ ਡਰਿੰਕਸ ਨਹੀਂ ਕਰਨੀ, ਹਰ ਤਰ੍ਹਾਂ ਦਾ ਉਹਦੇ ਵਿੱਚ ਟੌਪਿਕ ਸੀਗਾ, ਜੋ ਕਿ ਵਧੀਆ ਪਬਲਿਕ ਵਾਸਤੇ, ਵਧੀਆ ਲੋਕਾਂ ਵਾਸਤੇ, ਆਉਣ ਵਾਲੇ ਬੱਚਿਆਂ ਜਨਰੇਸ਼ਨ ਉਹਨਾਂ ਵਾਸਤੇ ਬਹੁਤ ਵਧੀਆ। ਇਸ ਵਾਰ ਅਰਦਾਸ ਸਰਬੱਤ ਦੇ ਭਲੇ ਲਈ ਕਰ ਰਹੇ ਨੇ, ਸੋ ਇਸ ਬਾਰੇ ਕੀ ਕਹਿਣਾ ਤੁਹਾਡਾ? ਵਧੀਆ ਜੀ, ਅਰਦਾਸ ਤਾਂ ਵੈਸੇ ਵੀ ਸਰਬੱਤ ਦੇ ਭਲੇ ਵਾਸਤੇ ਹੀ ਕਰਨੀ ਚਾਹੀਦੀ ਹੈ, ਅਤੇ ਇਹਦੇ ਵਿੱਚ ਤਾਂ ਉਹਨਾਂ ਨੇ ਵੈਸੇ ਵੀ ਹੁਣ ਮੈਸੇਜ ਦੇ ਰਹੇ ਨੇ ਕਿ ਅਰਦਾਸ ਵੈਸੇ ਹੀ ਸਰਬੱਤ ਦੇ ਭਲੇ ਵਾਸਤੇ ਹੀ ਕਰਨੀ ਚਾਹੀਦੀ। ਥੈਂਕ ਯੂ ਸਰ। ਕਿਆ ਟ੍ਰੇਲਰ ਵੇਖਿਆ ਤੁਸੀਂ ਅਰਦਾਸ ਸਰਬੱਤ ਦੇ ਭਲੇ ਦਾ? ਜੀ ਬਿਲਕੁਲ, ਬਹੁਤ ਵਧੀਆ ਜੀ, ਬਹੁਤ ਵਧੀਆ ਲੱਗੀ। ਗਿੱਪੀ ਗਰੇਵਾਲ ਲਈ ਕੀ ਕਹੋਗੇ, ਉਹਨਾਂ ਨੇ ਕਹਾਣੀ ਲਿਖੀ ਹੈ, ਡਾਇਰੈਕਟ ਵੀ ਕੀਤੀ ਹੈ ਤੇ ਵਿੱਚ ਕੰਮ ਵੀ ਕਰ ਰਹੇ? ਗਿੱਪੀ ਗਰੇਵਾਲ ਦੀ ਵਧੀਆ ਲਿਖਦੇ, ਪਹਿਲਾਂ ਨਵਾਂ ਕਨਸੈਪਟ ਲੈ ਕੇ ਆ ਰਹੇ ਆ, ਇਸ ਵਾਰ ਵੀ ਬਹੁਤ ਵਧੀਆ ਮੁੰਡੇ ਕੁੜੀ ਵਜਾ ਜਿਹੜਾ ਕਨਸੈਪਟ ਬਣਾਇਆ, ਬਹੁਤ ਵਧੀਆ ਹੈ, ਬਹੁਤ ਵਧੀਆ ਕੰਮ ਕਰ ਰਹੇ। ਟ੍ਰੇਲਰ ਨੂੰ ਵੇਖ ਕੇ ਕੀ ਲੱਗਦਾ ਕਿ ਫਿਲਮ ਕੀ ਮੈਸੇਜ ਦੇਣ ਵਾਲੀ ਹੈ? ਫਿਲਮ ਬਹੁਤ ਵਧੀਆ ਮੈਸੇਜ ਦੇਗੀ, ਗੁਰਪ੍ਰੀਤ ਦਾ ਰੋਲ ਬਹੁਤ ਵਧੀਆ ਹੈ, ਇੱਕ ਸਮਾਜ ਨੂੰ ਵਧੀਆ ਮੈਸੇਜ ਆਏਗਾ ਫਿਲਮ ਤੋਂ। ਅੱਛਾ, ਜੇ ਪੁਰਾਣੇ ਦੋ ਪਾਰਟਸ ਦੀ ਗੱਲ ਕਰੀਏ ਤੇ ਉਹ ਵੀ ਆਪਾਂ ਸਾਰਿਆਂ ਨੇ ਵੇਖਿਆ, ਤੁਹਾਨੂੰ ਉਹ ਪਾਰਟਸ ਕਿੱਦਾਂ ਦੇ ਲੱਗੇ ਸੀ, ਔਰ ਇਸ ਫਿਲਮ ਨੂੰ ਵੇਖਣ ਦਾ ਮਨ ਹੈ ਤੁਹਾਨੂੰ? ਹਾਂਜੀ ਹਾਂਜੀ ਮੈਡਮ, ਜ਼ਰੂਰ ਦੇਖਾਂਗੇ ਜੀ, ਉਹ ਪਾਰਟ ਵਧੀਆ ਤੇ ਜੀ, ਵਧੀਆ ਉਹਦੇ ਵਿੱਚ ਉਹਨਾਂ ਦੇਖ ਕੇ ਤਾਂ ਇੱਕ ਵਾਰ ਮਤਲਬ ਰੋਣਾ ਹੀ ਆਉਂਦਾ ਐਂਡ 'ਚ ਆ ਕੇ, ਤਾਂ ਜੋ ਉਹਦੇ ਵਿੱਚ ਉਹਨੇ ਦੱਸਿਆ ਵਾ ਬਹੁਤ ਵਧੀਆ ਮੈਸੇਜ ਦਿੱਤਾ ਵਾ, ਬਹੁਤ ਵਧੀਆ ਹੈ। ਹਾਂਜੀ ਹਾਂਜੀ ਦੇਖਾਂਗੇ, ਜ਼ਰੂਰ ਦੇਖਾਂਗੇ ਜੀ, ਪਹਿਲਾਂ ਸ਼ੋਅ ਦੇਖਾਂਗੇ ਆਪਾਂ ਤਾਂ। ਜਿਹੜਾ ਘੁੱਗੀ ਜੀ ਦਾ ਕਿਰਦਾਰ ਹੈ, ਉਸਦੀ ਝਲਕ ਵੀ ਟ੍ਰੇਲਰ ਦੇ ਵਿੱਚ ਦਿਖ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਹੈ, ਔਰ ਉਹਨਾਂ ਦੀ ਐਕਟਿੰਗ ਕਿੱਦਾਂ ਦੀ ਲੱਗਦੀ ਹੈ? ਪਿਛਲੇ ਪਾਰਟਸ ਦੇ ਵਿੱਚ ਵੀ ਉਹਨਾਂ ਦਾ ਬੜਾ ਇੰਪੋਰਟੈਂਟ ਰੋਲ ਸੀਗਾ। ਐਕਟਿੰਗ ਉਹਨਾਂ ਦੀ ਵੈਸੇ ਤਾਂ ਕੋਈ ਦੱਸਣ ਦੀ ਲੋੜ ਨਹੀਂ ਹੈ, ਜਿੰਨੇ ਬੜੇ ਐਕਟਰ ਹੈ ਉਹ, ਪਰ ਇਹਨਾਂ ਜਿਹੜੇ ਤਿੰਨੇ ਪਾਰਟ ਦੋ ਪਹਿਲਾਂ ਲੱਗ ਰਿਹਾ ਜਿਹੜਾ ਆਉਣਾ ਹੈ, ਉਹਦੇ ਵਿੱਚ ਸਪੈਸ਼ਲੀ ਕੁਛ ਜਿੱਦਾਂ ਮਤਲਬ ਬਹੁਤ ਸੰਸੀਅਰ, ਬਹੁਤ ਵਧੀਆ ਮੈਸੇਜ ਦੇਣ ਵਾਲਾ ਮਤਲਬ ਰੋਲ ਕੀਤਾ ਉਹਨੇ। ਅੱਛਾ, ਇਸ ਫਿਲਮ ਦੇ ਵਿੱਚ ਪ੍ਰਿੰਸ ਕਵਲਜੀਤ ਸਿੰਘ, ਜਿਹੜਾ ਪੰਮਾ ਕਹਿੰਦੇ ਆ ਇੰਡਸਟਰੀ ਦਾ, ਹੈ ਨਾ, ਵੈਸੇ ਬੜੇ ਖਤਰਨਾਕ ਜਿਹੇ ਰੋਲ ਕਰਦੇ, ਇਸ ਵਾਰ ਬੜਾ ਸਾਊ ਜਿਹਾ ਬਣ ਕੇ ਆ ਰਿਹਾ, ਉਹਦੇ ਲਈ ਕੀ ਕਹੋ? ਬਹੁਤ ਵਧੀਆ ਜੀ, ਹੁਣ ਮਤਲਬ ਲੱਗ ਰਿਹਾ ਟ੍ਰੇਲਰ ਤੋਂ ਕਿ ਉਹਨੀ ਵੀ ਇਸ ਫਿਲਮ ਵਿੱਚ ਮਤਲਬ ਪੂਰੀ ਜਾਨ ਮਤਲਬ ਝੋਕਦੀ ਹੈ ਆਪਣੀ ਇੱਕ ਦਰਸ਼ਕਾਂ ਨੂੰ ਮਤਲਬ ਦੱਸਣ ਵਾਸਤੇ ਜੀ, ਕਿ ਕਿਆ ਸੁਨੇਹਾ ਦੇਣਾ, ਮੁੰਡੇ ਕੁੜੀ ਵਿੱਚ ਕੋਈ ਫਰਕ ਹੈ ਜੋ ਨਹੀਂ ਹੈ ਉਹਨੂੰ ਬਰਾਬਰ ਰੱਖਣਾ ਚਾਹੀਦਾ। ਹਾਂਜੀ ਹਾਂਜੀ ਪ੍ਰਿੰਸ ਜੀ, ਵਧੀਆ, ਬਹੁਤ ਵਧੀਆ ਪੰਮੇ ਦਾ ਰੋਲ ਜੀ, ਬਹੁਤ ਵਧੀਆ, ਦੇਖੋ ਇਹਦੇ ਵਿੱਚ ਹੁਣ ਕਿਵੇਂ ਦਾ ਕਰਦੇ। ਜੇ ਇਹ ਵੀਡੀਓ ਗਿੱਪੀ ਗਰੇਵਾਲ ਹੀ ਉਹਨਾਂ ਦੀ ਟੀਮ ਦੇਖ ਰਹੀ ਹੈ, ਉਹਨਾਂ ਨੂੰ ਕੁਛ ਕਹਿਣਾ ਚਾਹੋਗੇ ਇਸ ਵੀਡੀਓ ਦੇ ਜ਼ਰੀਏ? ਅਸੀਂ ਤਾਂ ਉਹਨਾਂ ਨੂੰ ਧੰਨਵਾਦ ਹੀ ਕਹਿ ਸਕਦੇ ਹਾਂ ਵਾਲ 'ਤੇ ਇੰਨੀ ਵਧੀਆ ਫਿਲਮਾਂ ਲੈ ਕੇ ਆਉਣ ਵਾਸਤੇ। ਹਾਂਜੀ ਹਾਂਜੀ, ਬਸ ਇਹੀ ਕੁਛ। ਜਿਹੜੇ ਪਿਛਲੇ ਦੋ ਪਾਰਟ ਸੀ, ਉਹਨਾਂ 'ਚੋਂ ਦਰਸ਼ਕਾਂ ਨੇ ਬਹੁਤ ਕੁਝ ਸਿੱਖਿਆ, ਤੁਸੀਂ ਉਹਨਾਂ ਪਾਰਟਸ ਦੇ ਵਿੱਚੋਂ ਕੀ ਸਿੱਖਿਆ ਲਈ, ਐਂਡ ਤੁਹਾਨੂੰ ਕਿੱਦਾਂ ਦੇ ਲੱਗੇ ਸੀਗੇ ਉਹ ਜਿਹੜੇ ਬਾਕੀ ਦੇ ਦੋ ਪਾਰਟਸ ਰਹੇ ਨੇ ਫਿਲਮ? ਜੋ ਨਹੀਂ ਸੁਨੇਹਾ ਦਿੱਤਾ ਕਿ ਜ਼ਿੰਦਗੀ ਨੂੰ ਮਤਲਬ ਆਪਣੇ ਤਰੀਕੇ ਨਾਲ ਜੀਓ,
ਕਿਸੇ ਦਾ ਕਰੋ ਕਹਿੰਦੇ ਉਹਦੇ ਇਹਦੇ 'ਚ ਦੱਸਿਆ ਤਾ ਵੀ ਹਰੇਕ ਦਾ ਭਲਾ ਕਰੋ, ਚੰਗਾ ਸੋਚੋ, ਕਿਸੇ ਨੂੰ ਮਾੜੇ ਬੋਲ ਨਾ ਬੋਲੋ, ਕੁਬੀਨ ਹੈ ਹਾਂ ਬਸ ਸਹੀ ਚੱਲੋ। ਇਸ ਵਾਰ ਦੀ ਗੱਲ ਕਰੀਏ ਤੇ ਅਰਦਾਸ ਕਹਿੰਦੇ ਹੁੰਦੇ ਆ ਵੀ ਸਰਬੱਤ ਦੇ ਭਲੇ ਲਈ ਹੀ ਹੋਣੀ ਚਾਹੀਦੀ ਹੈ, ਤੇ ਇਸ ਵਾਰ ਸਰਬੱਤ ਦੇ ਭਲੇ ਦੀ ਅਰਦਾਸ ਹੋ ਰਹੀ ਹੈ, ਇਸ ਵਾਰ ਦੀ ਅਰਦਾਸ ਲਈ ਕੀ? ਸਰਬੱਤ ਦਾ ਭਲਾ ਹੀ ਹੋਵੇ, ਸਰਬੱਤ ਦਾ ਭਲਾ ਹੀ। ਦੇਖਣ ਜਾਓਗੇ ਤੇ ਰਸਤਾ? ਹਾਂਜੀ ਹਾਂਜੀ ਜਾਵਾਂਗੇ, ਬਿਲਕੁਲ ਜਾਣਾ ਜੀ। ਕਿੰਨੇ ਸਟਾਰ ਦੋਗੇ ਟ੍ਰੇਲਰ ਨੂੰ? 5 5 5 ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸਰ। ਸਰ ਤੁਸੀਂ ਅਰਦਾਸ ਫਿਲਮ ਦਾ ਟ੍ਰੇਲਰ ਵੇਖ ਲਿਆ? ਹਾਂਜੀ ਬਿਲਕੁਲ। ਕਿੱਦਾਂ ਲੱਗਿਆ? ਦੇਖੋ ਟ੍ਰੇਲਰ ਬਹੁਤ ਵਧੀਆ ਲੱਗਿਆ, ਮੈਂ ਆਸ ਕਰਦਾ ਟ੍ਰੇਲਰ ਦੇਖ ਕੇ ਵੀ ਫਿਲਮ ਇਸ ਤੋਂ ਜ਼ਿਆਦਾ ਵਧੀਆ ਹੋਊਗੀ। ਪਿਛਲੇ ਭਾਗ ਦੇਖੇ ਨੇ ਅਰਦਾਸ ਤੇ ਅਰਦਾਸ ਕਰਾਂ ਦੇਖੀਆਂ ਨੇ, ਤੁਸੀਂ ਫਿਲਮਾਂ ਉਹ ਕਿਵੇਂ ਲੱਗੀਆਂ? ਬਿਲਕੁਲ ਅਰਦਾਸ ਫਿਲਮ ਮੈਂ ਦੇਖੀ ਹੈ ਮੈਡਮ। ਅਰਦਾਸ ਦੇ ਵਿੱਚ ਇੱਕ ਮੈਸੇਜ ਹੈ, ਇੱਕ ਆਪਾਂ ਫੈਮਿਲੀ ਨਾਲ ਦੇਖ ਸਕਦੇ ਹਾਂ, ਸਾਰੀ ਫੈਮਿਲੀ ਨੂੰ ਲੈ ਕੇ ਜਾ ਕੇ ਸਭ ਤੋਂ ਬੈਸਟ ਫਿਲਮ ਅਰਦਾਸ ਸੀਗੀ। ਅਤੇ ਜਿਹੜੇ ਗਿੱਪੀ ਗਰੇਵਾਲ ਜੀ ਨੇ ਅਤੇ ਘੁੱਗੀ ਜੀ ਨੇ, ਜੋ ਇਹਨਾਂ ਦਾ ਆਪਦਾ ਕੰਬੀਨੇਸ਼ਨ ਹੈ, ਜਦੋਂ ਆਪ ਇਕੱਠੇ ਫਿਲਮ ਬਣਾਉਂਦੇ ਤਾਂ ਬਹੁਤ ਵਧੀਆ ਲੱਗਦਾ। ਅਤੇ ਇਹਨਾਂ ਦੀ ਸਟੋਰੀ ਵੀ ਅੱਛੀ ਅਰਦਾਸ ਦੀ, ਜੋ ਪਹਿਲਾਂ ਸੀ ਮੈਸੇਜ ਪਹੁੰਚਿਆ ਪੂਰੇ ਪੰਜਾਬ 'ਚ, ਪੂਰੇ ਵਰਲਡ 'ਚ ਮੈਸੇਜ ਸੀਗਾ ਵੀ ਬਹੁਤ ਅੱਛੀ ਸੀ। ਆਸ ਕਰਦੇ ਹਾਂ ਵੀ ਇਹ ਉੱਦਾਂ ਦੀ ਫਿਲਮ ਹੋਊਗੀ ਬੱਚਿਆਂ ਲਈ ਅਤੇ ਬਜ਼ੁਰਗਾਂ ਲਈ ਅਤੇ ਸਾਰੇ ਪੇਰੈਂਟਸ ਲਈ ਵਧੀਆ ਫਿਲਮ ਹੋਊਗੀ। ਤੁਹਾਨੂੰ ਕੀ ਲੱਗਦਾ ਕਿ ਇਸ ਫਿਲਮ ਦੇ ਵਿੱਚ ਕੀ ਮੈਸੇਜ ਹੋਣ ਵਾਲਾ? ਟ੍ਰੇਲਰ ਵੇਖ ਕੇ ਕਿਵੇਂ ਦਾ ਲੱਗਿਆ ਅਤੇ ਟ੍ਰੇਲਰ ਦੇਖ ਕੇ ਮਨ ਹੈ ਤੁਹਾਡਾ ਫਿਲਮ ਦੇਖਣ ਜਾਣ? ਬਿਲਕੁਲ ਮਨ ਕਰ ਗਿਆ ਜੀ, ਟ੍ਰੇਲਰ ਦੇਖ ਕੇ ਦਿਲ ਕਰਦਾ ਵੀ ਜਦੋਂ ਆਏਗੀ ਸਿਨੇਮਾ ਹਾਲ ਦੇ ਵਿੱਚ ਤਾਂ ਫਸਟ ਸ਼ੋਅ ਅਤੇ ਫਸਟ ਟਾਈਮ ਅਸੀਂ ਦੇਖੀਏ। ਅਤੇ ਟ੍ਰੇਲਰ ਦੇਖ ਕੇ ਇੱਦਾਂ ਦਾ ਲੱਗਿਆ ਵੀ ਇੱਕ ਮੈਸੇਜ ਹੈ ਇਹਦੇ 'ਚ, ਮੈਨੂੰ ਲੱਗਦਾ ਵੀ ਕੋਈ ਪਾਪ ਅਤੇ ਪੁੰਨ ਵਾਲਾ ਸਿਸਟਮ ਲੱਗਦਾ ਵੀ ਜੇ ਕੋਈ ਪਾਪ ਕਰਦਾ ਤਾਂ ਆਪਾਂ ਤੀਰਥ ਜਾਂਦੇ ਹਾਂ, ਪਾਪ ਉਹਨਾਂ ਨੇ ਕਿਹਾ ਵੀ ਪਾਪ ਨਾਲ ਲੈ ਚੱਲੇ, ਮਤਲਬ ਟ੍ਰੇਲਰ ਦੇਖ ਕੇ ਲੱਗਿਆ ਵੀ ਵਧੀਆ ਹੋਊਗਾ, ਮੈਸੇਜ ਵਧੀਆ ਜਾਏਗਾ ਅਤੇ ਅੱਛਾ ਲੱਗੇਗਾ। ਜਿਵੇਂ ਗੱਲ ਕਰਾਂ ਟ੍ਰੇਲਰ ਲਾਂਚ ਦੀ, ਤਾਂ ਇਸਦੇ ਟ੍ਰੇਲਰ ਨੂੰ ਮੁੰਬਈ ਦੇ ਵਿੱਚ ਲਾਂਚ ਕੀਤਾ ਗਿਆ ਰੋਹਿਤ ਸ਼ੈਟੀ ਦੇ ਵੱਲੋਂ, ਸੋ ਇੱਕ ਪੰਜਾਬੀ ਸਿਨੇਮਾ ਨੂੰ ਵੀ ਇੱਕ ਵੱਖਰਾ ਲੈਵਲ ਦੇ ਰਹੇ ਨੇ ਗਿੱਪੀ ਗਰੇਵਾਲ, ਉਹਨਾਂ ਲਈ ਕੀ ਕਹਿਣਾ ਚਾਹੁੰਦੇ? ਬਿਲਕੁਲ ਬਹੁਤ ਵਧੀਆ ਗੱਲ ਹੈ ਜੀ, ਜਦੋਂ ਆਪਾਂ ਇੱਕ ਪੰਜਾਬੀ ਭਰਾ ਪੰਜਾਬੀ ਫਿਲਮ ਵਾਲਾ ਪਲੇਟਫਾਰਮ 'ਤੇ ਪੁੱਜੇ, ਵਧੀਆ ਵੱਖਰੇ ਪਲੇਟਫਾਰਮ 'ਤੇ ਪੁੱਜੇ ਤਾਂ ਇੱਕ ਦਿਲ 'ਚ ਖੁਸ਼ੀ ਜ਼ਰੂਰ ਹੁੰਦੀ ਹੈ। ਖਾਸ ਕਰਕੇ ਅੱਜ ਤੱਕ ਵੈਸੇ ਗਿੱਪੀ ਗਰੇਵਾਲ ਦੀ ਮੈਂ ਸਾਰੀਆਂ ਫਿਲਮਾਂ ਦੇਖੀਆਂ, ਕੋਈ ਮਿਸ ਕੀਤੀ ਨਹੀਂ ਆ, ਕੋਈ ਹੋ ਸਕਦਾ ਹੋ ਗਈ ਹੋਵੇ, ਪਰ ਮੈਂ ਸਾਰੀਆਂ ਦੇਖੀਆਂ, ਮੈਂ ਲਾਈਕ ਕਰਦਾ ਗਿੱਪੀ ਗਰੇਵਾਲ ਨੂੰ। ਅੱਛਾ, ਪ੍ਰਿੰਸ ਕਵਲਜੀਤ ਸਿੰਘ ਪੰਮਾ ਇਸ ਵਾਰ ਅਰਦਾਸ ਦੇ ਵਿੱਚ ਬੜਾ ਭੋਲਾ ਜਿਹਾ ਕਰੈਕਟਰ, ਸਾਊ ਜਿਹਾ ਕਰੈਕਟਰ ਪਲੇ ਕਰ ਰਿਹਾ, ਉਹਨਾਂ ਲਈ ਕੀ ਕਹੋ? ਦੇਖੋ ਉਹਨਾਂ ਦਾ ਮੈਡਮ ਆਪਣਾ ਰੋਲ ਹੈ, ਉਹ ਉਹਨਾਂ ਦੇ ਆਪਣੇ ਐਕਟਿੰਗ ਹੈ, ਬਹੁਤ ਵਧੀਆ ਪਲੇ ਕਰਦੇ ਹੈ। ਜਿਹੜਾ ਸਾਊਪਣ ਉਹਨਾਂ ਨੇ ਦਿਖਾਇਆ ਇਸ ਫਿਲਮ 'ਚ, ਮੈਨੂੰ ਲੱਗਦਾ ਬਹੁਤ ਵਧੀਆ ਲੱਗਿਆ। ਕਿੰਨੇ ਸਟਾਰ ਦਿਓਗੇ ਟ੍ਰੇਲਰ ਨੂੰ? 5 ਦੇਖੋ ਮੈਂ ਤਾਂ 5 ਹੀ ਦਵਾਂਗਾ, 5 ਸਟਾਰ ਦਵਾਂਗਾ, ਤੇ ਟ੍ਰੇਲਰ ਦੇਖ ਕੇ ਵਧੀਆ ਲੱਗਿਆ ਤੇ ਫਿਲਮ ਜ਼ਰੂਰ ਦੇਖਣ ਆਵਾਂਗੇ ਫੈਮਿਲੀ ਨਾਲ। ਅੱਛਾ, ਅਰਦਾਸ ਇਸ ਵਾਰ ਸਰਬੱਤ ਦੇ ਭਲੇ ਲਈ ਹੋ ਰਹੀ ਹੈ, ਤੇ ਅਸੀਂ ਵੈਸੇ ਹੀ ਕਹਿੰਦੇ ਵੀ ਅਰਦਾਸ ਸਰਬੱਤ ਦੇ ਭਲੇ ਦੀ ਹੀ ਹੋਣੀ ਚਾਹੀਦੀ ਹੈ, ਤੇ ਇਸ ਅਰਦਾਸ ਲਈ ਤੁਹਾਡਾ ਕੀ ਕਹਿਣਾ? ਬਿਲਕੁਲ ਤੁਸੀਂ ਜਿਵੇਂ ਕਿਹਾ ਸਰਬੱਤ ਦੇ ਭਲੇ ਲਈ ਆ, ਅਸੀਂ ਤਾਂ ਸਾਡੇ ਤਾਂ ਗੁਰੂਆਂ ਨੇ ਸਾਨੂੰ ਸਮਝਾਇਆ ਸਿਖਾਇਆ ਸਭ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਣੇ ਸਰਬੱਤ ਦਾ ਭਲਾ। ਤੋ ਅਰਦਾਸ ਨੇ, ਫਿਲਮ ਨੇ ਵੀ ਇਹੀ ਦੱਸਿਆ ਵੀ ਸਰਬੱਤ ਦੇ ਭਲੇ ਦੀ ਅਰਜ਼ ਹੈ ਪੂਰੇ ਆਲ ਵਰਲਡ 'ਚ, ਜਿੰਨੀ ਦੁਨੀਆ ਪਬਲਿਕ ਕਹਿੰਦੀ ਵੀ ਹਰੇਕ ਦਾ ਭਲਾ ਹੋਵੇ, ਸਿੱਖ ਕੌਮ ਦਾ ਇਹੀ ਚਾਹੁੰਦੀ ਹੈ ਵੀ ਨਾਨਕ ਨਾਮ ਚੜ੍ਹਦੇ ਤੇਰੇ ਬਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਹੀ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ ਕਹੀ ਤੁਸੀਂ। 13 ਸਪਟੰਬਰ ਨੂੰ ਫਿਲਮ ਆ ਰਹੀ ਹੈ, ਦੇਖਣ ਜਾ ਰਹੇ? ਬਿਲਕੁਲ ਜਾਵਾਂਗੇ ਜੀ, ਮੈਂ ਕਹਿੰਦਾ ਮੈਂ ਆਂਡੀ ਗੁਆਂਢੀ ਨੂੰ ਵੀ ਕਹਾਂਗਾ ਜ਼ਰੂਰ ਦੇਖ ਕੇ ਆਓ, ਮੈਂ ਤਾਂ ਆਪਣੀ ਫੈਮਿਲੀ ਨਾਲ ਜ਼ਰੂਰ ਆਵਾਂਗਾ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ। ਸੋ ਜਿਵੇਂ ਕਿ ਤੁਸੀਂ ਆਲਰੇਡੀ ਦਰਸ਼ਕਾਂ ਦੇ ਰਿਵਿਊਜ਼ ਨੂੰ ਦੇਖ ਚੁੱਕੇ ਹੋ, ਤੇ ਜਿਵੇਂ ਪਹਿਲੇ 2 ਪਾਰਟਸ ਨੂੰ ਇਸ ਫਰੈਂਚਾਈਜ਼ੀ ਦੇ ਪਹਿਲੀਆਂ 2 ਇੰਸਟਾਲਮੈਂਟਸ ਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ, ਤੇ ਇਸ ਵਾਰ ਦਰਸ਼ਕਾਂ ਨੂੰ ਖੁਦ ਵੀ ਉਮੀਦ ਹੈ ਤੇ ਦਰਸ਼ਕਾਂ ਨੂੰ ਖੁਦ ਵੀ ਐਕਸਪੈਕਟੇਸ਼ਨਸ ਨੇ ਕਿ ਇਹ ਪਾਰਟ ਉਦੋਂ ਵੀ ਜ਼ਿਆਦਾ ਚੰਗਾ ਹੈ, ਅਰਦਾਸ ਸਰਬੱਤ ਦੇ ਭਲੇ ਦੀ ਹੈ ਇਸ ਵਾਰੀ, ਤੇ ਇਹ ਪਾਰਟ ਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਮਿਲਣ ਵਾਲਾ ਹੈ। ਸੋ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ 13 ਸਪਤੰਬਰ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ। ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।